ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ ਹਾਜ਼ਰਾਂ ਸੀ ਵੀਰਪਾਲ ਕੌਰ ਮਾਨਸਾਈਆ ਦੁਆਰਾ ਲਿਖੀ ਗਈ ਕਹਾਣੀ ਔਰਤ ਦੀ ਦਸਤਾਨ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਸੰਦੀਪ ਲੈਂਦੇ ਮਾਲਵੇ ਦੀ ਜੰਮਪਲ ਮਾਂ ਬਾਪ ਦੀ ਇਕਲੌਤੀ ਤੀ। ਬਚਪਨ ਵਿੱਚ ਮਾਂ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ। ਇੱਕ ਭਰਾ ਅਤੇ ਬਾਪ। ਸੰਦੀਪ ਬਹੁਤ ਛੋਟੀ ਸੀ ਇਸ ਲਈ ਨਾਨੀ ਰਹਿੰਦੀ ਸੀ ਕੋਲ। ਪਿਓ ਨੇ ਹੋਰ ਵਿਆਹ ਨਹੀਂ ਕਰਵਾਇਆ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਮਤਰੇਈ ਮਾਂ ਦੇ ਸਲੂਕ ਦਾ ਸ਼ਿਕਾਰ ਨਹੀਂ ਹੋਣ ਦੇਣਾ ਚਾਹੁੰਦਾ ਸੀ। ਸੰਦੀਪ ਵੱਡੀ ਹੋਈ ਤਾਂ ਉਸਦਾ ਰਿਸ਼ਤਾ ਇੱਕ ਫੌਜੀ ਮੁੰਡੇ ਨਾਲ ਕਰ ਦਿੱਤਾ ਜਾਂਦਾ। ਉਹਦਾ ਪਿਓ ਵੀ ਕੈਂਸਰ ਦਾ ਮਰੀਜ਼ ਸੀ, ਇਸ ਲਈ ਵਿਆਹ ਜਲਦੀ ਕਰਨਾ ਸੀ। ਇੱਧਰ ਫੌਜੀ ਆਪਣੀ ਹਵਾ ਵਿੱਚ ਸੀ। ਉਸਨੇ ਵਿਆਹ ਲਈ 2 ਸਾਲ ਮੰਗੇ। ਬਾਪ ਨੇ ਬਥੇਰਾ ਕਿਹਾ, ਪੁੱਤ ਮੈਂ ਬਿਮਾਰੀ ਦਾ ਸ਼ਿਕਾਰ ਹਾਂ, ਤੂੰ ਆਪਣੀ ਇਮਾਨਤ ਵਿਆਹ ਕੇ ਲੈ ਜਾ, ਮੇਰੇ ਸਿਰੋਂ ਭਾਰ ਲੈ ਜਾਣਾ। ਪਰ ਆਪਣੀ ਹੈਂਕਰ 'ਚ ਦੀ ਫੌਜੀ ਕਹਿੰਦਾ, ਪਹਿਲਾਂ ਘਰ ਠੀਕ ਕਰ ਲਵਾਂ। ਜਦੋਂ ਬਿਲਕੁਲ ਵੀ ਆਸ ਖਤਮ ਹੋ ਗਈ ਤਾਂ ਸੰਦੀਪ ਦੇ ਭਰਾ ਅਤੇ ਸੰਦੀਪ ਦਾ ਇਕੱਠਿਆਂ ਦਾ ਵਿਆਹ ਕਰ ਦਿੱਤਾ ਜਾਂਦਾ। ਵਿਆਹ ਤੋਂ 2 ਮਹੀਨੇ ਬਾਅਦ ਸੰਦੀਪ ਦੇ ਪਾਪਾ ਦੀ ਮੌਤ ਹੋ ਜਾਂਦੀ ਆ। ਸੰਦੀਪ ਬਿਲਕੁਲ ਅਨਾਥ ਹੋ ਜਾਂਦੀ ਆ। ਇੱਧਰ ਸੰਦੀਪ ਦੀ ਸੱਸ ਆਪਣਾ ਟਾਈਮ ਭੁੱਲ ਜਾਂਦੀ ਆ। ਉਹ ਮਾਂ ਦੀ ਜਗ੍ਹਾ ਸੱਸ ਵਾਲਾ ਰੋਬ ਝਾੜਦੀ ਆ। ਸਗੋਂ ਹੀ ਸਾਫ਼ ਕਰ, ਇੱਥੋਂ ਇਹ ਕਰ। ਸੰਦੀਪ ਕੰਮ ਵੀ ਕਰਦੀ ਅਤੇ ਝਿੜਕਾਂ ਵੀ ਸੁਣਦੀ। ਉੱਧਰ ਫੌਜੀ ਵੀ ਜੇ ਛੁੱਟੀ ਆਉਂਦਾ ਸ਼ਰਾਬ ਪੀ ਸੰਦੀਪ ਨੂੰ ਬੁਰਾ ਭਲਾ ਕਹਿੰਦਾ। ਸੰਦੀਪ ਕਿਸੇ ਵੀ ਰਿਸ਼ਤੇਦਾਰੀ 'ਚ ਜਾਂਦੀ, ਸੱਸ ਆਪ ਨਾਲ ਜਾਂਦੀ। ਸੰਦੀਪ ਪਿਛਲੀ ਸੀਟ 'ਤੇ, ਸੰਦੀਪ ਦੀ ਸੱਸ ਪੁੱਤ ਬਰਾਬਰ ਬੈਠੀ ਹੁੰਦੀ ਨਾਲ ਵਾਲੀ ਸੀਟ 'ਤੇ। ਸਵਾਲ ਇਹ ਨਹੀਂ ਸੀ ਕਿ ਸੱਸ ਮੂਹਰੇ ਕਿਉਂ ਬੈਠੀ, ਬਲਕਿ ਸੱਸ ਲੋਕਾਂ ਨੂੰ, ਸ਼ਰੀਕੇ ਨੂੰ ਹੈਂਕੜ ਦਿਖਾਉਂਦੀ ਸੀ ਵੀ ਉਹਦੀ ਨੂੰ ਉਹਦੇ ਕਹਿਣੇ ਵਿੱਚ ਆ। ਵਿਚਾਰੀ ਸੰਦੀਪ ਨੂੰ ਮਾਂ ਵਾਲਾ ਪਿਆਰ, ਪਿਓ ਵਾਲਾ ਪਿਆਰ ਰੜਕਦਾ, ਪਤੀ ਵੀ ਬਸ ਆਪਣੇ ਹੰਕਾਰ 'ਚ ਰਹਿੰਦਾ। ਇਸੇ ਤਰ੍ਹਾਂ ਸੰਦੀਪ ਨੂੰ 5-6 ਮਹੀਨੇ ਹੋ ਜਾਂਦੇ ਵਿਆਹੀ ਨੂੰ। ਉਹ ਸੱਸ ਨਾਲ ਤਾਣੀ ਤੰਦ ਕਰਾਉਂਦੀ, ਸਵੈਟਰ ਕੋਟੀਆਂ ਬੁੰਦੀ, ਸਾਰਾ ਦਿਨ ਕੰਮ 'ਚ ਵਿਅਸਤ ਰਹਿੰਦੀ। ਫੌਜੀ ਵੀ ਛੁੱਟੀ ਘੱਟ ਮੁੜ ਜਾਂਦਾ। ਸੰਦੀਪ ਦੀ ਸੱਸ ਪਰ ਰੋਬ ਝਾੜਦੀ। ਜਦ ਵੀ ਸੰਦੀਪ ਕੰਮ ਕਰ ਵਿਹਲੀ ਹੁੰਦੀ ਤਾਂ ਸੱਸ ਨੇ ਫੌਜੀ ਕੋਲ ਬੈਠਣ ਨਾ ਦੇਣਾ। ਫੌਜੀ ਵੀ ਮਾਂ ਨੂੰ ਗੱਲ ਪੁੱਛਦਕ ਕਰਦਾ। ਐਵੇਂ ਹੀ ਸਾਲ ਲੰਘ ਗਿਆ। ਸੱਸ ਹੱਟੀ ਕੱਟੀ ਪਰ ਕੋਈ ਕੰਮ ਨਾ ਕਰਦੀ, ਬਸ ਚੌਧਰ ਦੀ ਜ਼ੂਰ। ਸੰਦੀਪ ਨੂੰ ਬਹੁਤ ਦਵਾਈਆਂ ਪਰ ਸੰਦੀਪ ਪ੍ਰੈਗਨੈਂਟ ਨਾ ਹੋਈ। ਇੱਕ ਮਾਂ ਬਾਪ ਦਾ ਹੌਂਕਾ, ਦੂਜਾ ਫੌਜੀ ਨਾਲ ਵੀ ਨਹੀਂ ਲਿਜਾਂਦਾ ਸੀ। ਡਿਊਟੀ ਪੰਜਾਬ ਵਿੱਚ ਹੀ ਸੀ ਪਰ ਸੰਦੀਪ ਘਰ ਦਾ ਗੂਹਾ ਕੂੜਾ ਹੀ ਕਰਦੀ। ਇਕੱਲੀ ਦਵਾਈ ਵੀ ਕੀ ਕਰਦੀ? ਪਤੀ ਦਾ ਪਿਆਰ ਅਤੇ ਖੁਰਾਕ ਵੀ ਜ਼ਰੂਰੀ ਸੀ ਨਾ। ਸੱਸ ਫਲ ਫਰੂਟ ਲਿਆ ਕੇ ਦਿੰਦੀ, ਦੁੱਧ ਡਾਇਰੀ ਚੱਕੀ। ਜਦ ਦੀਪ ਨੇ, ਇੱਥੇ ਅਸੀਂ ਇਕੱਲੀਆਂ ਕਿਉਂ ਖਾਈਏ, ਇੱਥੇ ਔਰਤ ਹੀ ਔਰਤ ਦੀ ਦੁਸ਼ਮਣ, ਕਿੱਥੇ ਉਹਨੇ ਕਹਿਣਾ ਸੀ ਕਿ ਪੁੱਤ ਨਹੀਂ ਤਾਂ ਕੀ ਹੋਇਆ, ਪੁੱਤ ਡਿਊਟੀ ਆ, ਬਾਅਦ ਵਿੱਚ ਸਾਡਾ ਪੁੱਤ ਵੀ ਤੂੰ, ਨੂੰਹ ਵੀ ਤੂੰ। ਇੱਕ ਦਿਨ ਦੀਪ ਦੀ ਭੂਆ ਆਉਂਦੀ ਆ ਅਤੇ ਸੀਵੀਆਂ ਬਣਾ ਲੈਂਦੇ ਆ। ਸੰਦੀਪ ਦੇ ਮੂੰਹੋਂ ਨਿਕਲ ਜਾਂਦਾ ਹੈ ਕਿ ਭੂਆ, ਤੇਰੇ ਬਹਾਨੇ ਨਾਲ ਮੈਂ ਵੀ ਖਾ ਲਈਆਂ। ਬਾਅਦ ਵਿੱਚ ਜਦ ਦੁੱਧ ਫੜਾਉਂਦੀ ਆ ਤਾਂ ਸੰਦੀਪ ਦੇ ਮੂੰਹੋਂ ਫਿਰ ਨਿਕਲ ਜਾਂਦਾ ਹੈ, ਭੂਆ ਅੱਜ ਤੇਰੇ ਬਹਾਨੇ ਮੈਂ ਵੀ ਪੀ ਲਿਆ ਦੁੱਧ। ਦੀਪ ਦੀ ਭੂਆ ਆਪਣੀ ਭਰਜਾਈ ਨੂੰ ਕਹਿੰਦੀ ਆ, ਉਹ ਗੱਲ ਇਹ ਬਹਾਨੇ ਵਾਲੀ ਕੀ ਗੱਲ ਆ? ਇੱਕ ਤਾਂ ਮਾਂ ਬਾਪ ਵਾਰੀ ਆ, ਦੂਜਾ ਬੰਦਾ ਇਹਦਾ ਪਰਦੀ ਸੀ। ਤੈਨੂੰ ਤਾਂ ਇਹਨੂੰ ਸਾਰਾ ਪਿਆਰ ਦੇਣਾ ਚਾਹੀਦਾ ਸੀ, ਬਲਕਿ ਤੂੰ ਇਹਦਾ ਜਿਉਣਾ ਦੁੱਬਰ ਕੀਤਾ। ਜਵਾਕ ਸਵਾਹ ਹੋਵੇ, ਮੁੰਡਾ ਇੱਥੇ ਹੈ ਨੇ, ਇਕੱਲੀਆਂ ਦਵਾਈਆਂ ਜਵਾਕ ਜੰਮਾਂ ਦੇਣਗੀਆਂ? ਜਵਾਕਾਂ ਨੂੰ ਹੱਸਣ ਖੇਡਣ ਵੀ ਦਿਆ ਕਰ, ਆਪਣਾ ਟਾਈਮ ਭੁੱਲ ਗਈ, ਭਰਾ ਨੂੰ ਲੈ ਕੇ ਸ਼ਹਿਰ ਰਹਿਣ ਲੱਗ ਪਈ ਸੀ, ਇਹਨੂੰ ਜਵਾਨੀ ਨੂੰ ਕਿਤੇ ਆਉਣ ਜਾਣ ਵੀ ਨਹੀਂ ਦਿੰਦੀ। ਭਾਬੀ ਪਾਪ ਲੱਗੂ ਤੈਨੂੰ ਉਸ ਰੱਬ ਤੋਂ ਡਰ, ਉਹ ਕਹਿੰਦੀ ਆ ਕਿ ਮੈਂ ਕਿਹੜਾ ਇਸ ਨੂੰ ਰੋਕਿਆ, ਖਾ ਪੀ ਲਿਆ ਕਰੇ। ਸੰਦੀਪ ਦਾ ਸਹੁਰਾ ਕਹਿੰਦਾ, ਫੈਨੀ ਜਿਹੀ ਲੂਤੀਆਂ ਲਾ ਦਿੱਤੀਆਂ ਭੈਣ ਕੋਲ।
ਤਾਂ ਦੀਪ ਦੀ ਭੂਆ ਕਹਿੰਦੀ ਆ, ਵੀਰਾ ਮੈਂ ਕਿਹੜਾ ਆਉਂਦੀ ਹਾਂ, ਜਵਾਕ ਤਾਂ ਮੇਰੀ ਵੀ ਆ, 11 ਸਾਲ ਹੋ ਗਏ ਵਿਆਹੀ ਨੂੰ, ਮੈਂ ਕਦੇ ਨੂੰਹ ਪੁੱਤ ਬੈਠੇ ਹੋਣ ਬੋਲ ਨਹੀਂ ਮਾਰਿਆ, ਉਸਨੇ ਕਰਨਾ ਕੰਮ, ਜਵਾਕ ਹੱਸਦੀ ਖੇਡਦੀ ਸਾਡਾ ਵੀ ਮਨ ਖੁਸ਼ ਹੁੰਦਾ, ਤੁਸੀਂ ਦੀਪ ਦੇ ਕੋਲ ਵੀ ਨਹੀਂ ਖੜਨ ਦਿੰਦੇ, ਇਹਦੇ ਵੀ ਜਵਾਕੜੀ ਦੇ ਅਰਮਾਨ ਨੇ। ਉਸ ਦਿਨ ਤੋਂ ਬਾਅਦ ਸੰਦੀਪ ਨਾਲ ਥੋੜ੍ਹਾ ਪਿਆਰ ਨਾਲ ਪੇਸ਼ ਆਉਂਦੇ ਸਸੋਰਾ। ਦੀਪ ਆਪਣੀ ਭੂਆ ਦੀ ਨੂੰਹ ਨੂੰ ਕਈ ਵਾਰ ਮੈਸੇਜ ਵਗੈਰਾ ਕਰਦਾ, ਤਾਂ ਜਿਸ ਦਿਨ ਦਾ ਦੀਪ ਦੀ ਭੂਆ ਨੇ ਆ ਕੇ ਦੱਸਿਆ ਸੰਦੀਪ ਨਾਲ ਇਹ ਹੁੰਦਾ, ਤਾਂ ਇੱਕ ਦਿਨ ਜਦ ਦੀਪ ਨੇ ਆਪਣੀ ਭੂਆ ਦੀ ਨੂੰਹ ਨੂੰ ਕੋਈ ਵੀਡੀਓ ਭੇਜੀ ਤਾਂ ਉਹ ਕਹਿੰਦੀ ਤੇਰਾ ਸੰਦੀਪ ਨੂੰ ਸਮਾਰਟਫੋਨ ਲੈ ਕੇ ਦੇਦੀ। ਕਹਿੰਦਾ ਉਹਨੇ ਕੀ ਕਰਾਉਣਾ, ਤਾਂ ਉਹ ਕਹਿੰਦੀ ਜੋ ਵੀਡੀਓ ਤੂੰ ਮੈਨੂੰ ਭੇਜਦਾ ਉਹ ਸੰਦੀਪ ਨੂੰ ਭੇਜੀ, ਤਾਂ ਉਹਨੂੰ ਵੀ ਮਹਿਸੂਸ ਹੋਵੇ ਤੂੰ ਉਹਦੇ ਨਾਲ ਹੈ, ਉਹਨੂੰ ਤੇਰੇ ਪਿਆਰ ਦੀ ਜ਼ਰੂਰਤ ਆ, ਨਾਲ ਤੂੰ ਲਿਜਾਂਦਾ ਨਹੀਂ, ਵੀਡੀਓ ਕਾਲ 'ਤੇ ਉਹਨੂੰ ਤੇਰੀ ਕਮੀ ਨਹੀਂ ਰੜਕਣੀ। ਦੀਪ ਨੇ ਸੰਦੀਪ ਨੂੰ ਸਮਾਰਟਫੋਨ ਲੈ ਕੇ ਦਿੱਤਾ। ਸੰਦੀਪ ਨੂੰ ਪ੍ਰੈਗਨੈਂਸ ਤਾਂ ਹੁੰਦੀ ਪਰ ਕਮਜ਼ੋਰੀ ਕਰਕੇ 1-2 ਮਹੀਨੇ ਤੋਂ ਮਿਸਕੈਰਸ ਹੋ ਜਾਂਦਾ। ਦੀਪ ਦੀ ਭੂਆ ਦੀ ਨੂੰਹ ਨੇ ਦੀਪ ਨੂੰ ਕਿਹਾ ਕਿ ਦੀਪ ਇਹਨੂੰ ਬਠਿੰਡੇ ਤੋਂ ਦਵਾਈ ਖਵਾ, ਤੇਰੀ ਵੀ ਉੱਥੇ ਡਿਊਟੀ ਆ, ਇਹਨੂੰ ਨਾਲ ਲੈ ਜਾ। ਦੀਪ ਨਾਲ ਤਾਂ ਲੈ ਜਾਂਦਾ ਪਰ ਉਹ ਜੋ ਵੀ ਪਰਹੇਜ਼ ਡਾਕਟਰ ਦੱਸਦੇ ਉਹ ਨਹੀਂ ਕਰਦਾ, ਉਹਨੂੰ ਪਿੰਡ ਛੱਡ ਜਾਂਦਾ ਅਤੇ ਸੰਦੀਪ ਨੂੰ ਕਹਿੰਦਾ ਕਰਦਿਆਂ ਜਾਂ ਕਿਸੇ ਵੀ ਰਿਸ਼ਤੇਦਾਰੀ ਕੋਲ ਇਹ ਨਹੀਂ ਕਹਿਣਾ ਵੀ ਮੇਰੀ ਵਿੱਚ ਨੁਕਸ ਆ, ਬਸ ਇਹੀ ਕਹੀਂ ਦੀਪ 'ਚ ਨੁਕਸ ਨਹੀਂ ਮੇਰੀ ਵਿੱਚ ਆ, ਜਦਕਿ ਪ੍ਰੋਬਲਮ ਦੀਪ ਵਿੱਚ ਹੁੰਦੀ ਆ। ਇੱਕ ਦਿਨ ਦੀਪ ਦੀ ਭੂਆ ਦੀ ਨੂੰਹ ਦੀ ਬਠਿੰਡੇ ਕੰਮ ਆਪਣੇ ਪਤੀ ਨਾਲ ਉਹਦੇ ਦਫ਼ਤਰ 'ਚ ਪਾਰਟੀ ਸੀ, ਬ੍ਰਾਂਚ ਜਾਂਦੀ ਆ ਨਾਲ, ਆਉਂਦੇ ਹੋਏ ਉਹ ਡਾਕਟਰ ਕੋਲ ਚਲੀ ਜਾਂਦੀ ਆ। ਜਦ ਉਹ ਡਾਕਟਰ ਨੂੰ ਪੁੱਛਦੀ ਆ ਕਿ ਮੈਡਮ ਸੰਦੀਪ 'ਚ ਕੀ ਕਮੀ ਆ, ਤਾਂ ਉਹ ਕਹਿੰਦੀ ਆ ਕਮੀ ਸੰਦੀਪ ਵਿੱਚ ਨਹੀਂ ਦੀਪ ਵਿੱਚ ਆ, ਉਹਨੂੰ ਸ਼ਰਾਬ ਦੀ ਜੋ ਕੁਝ ਵੀ ਉਹ ਖਾਂਦਾ ਉਹ ਛੱਡਣਾ ਪੈਣਾ। ਤਾਂ ਦੀਪ ਦੀ ਭੂਆ ਦੀ ਨੂੰ ਸੋਚਾਂ ਵਿੱਚ ਪੈ ਜਾਂਦੀਆਂ ਨੇ। ਸੰਦੀਪ ਘਰ ਵਾਲੇ ਦੀ ਕਮਜ਼ੋਰੀ ਛੁਪਾਉਣ ਲਈ ਆਪਣੇ ਆਪ ਨੂੰ ਵਾਂਝ ਅਖਵਾ ਰਹੇ ਆ, ਇਹਨਾਂ ਲੋਕਾਂ ਨੂੰ ਤਰਸ ਕਿਉਂ ਨਹੀਂ ਆਉਂਦਾ ਉਸ ਵਿਚਾਰੀ 'ਤੇ। ਕਈ ਵਾਰ ਔਰਤ ਵਿੱਚ ਕੋਈ ਨੁਕਸ ਨਹੀਂ ਹੁੰਦਾ ਫਿਰ ਵੀ ਉਹਨੂੰ ਇਹ ਦੋਸ਼ੀ ਠਹਿਰਾ ਜਾ ਜਾਂਦਾ, ਕਿਉਂ? ਕਿਉਂਕਿ ਉਹਨੂੰ ਸਮਾਜ ਦੀ ਸ਼ਰਮ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਦਾ ਫਰਜ਼ ਸਿਖਾਇਆ ਹੁੰਦਾ। ਔਰਤ ਨੂੰ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਾ ਸਮਝੋ, ਬਲਕਿ ਇੱਕ ਜਾਗਦੀ ਰੂਹ ਸਮਝ ਕੇ ਉਹਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਵੀ ਸਮਝੋ। ਬੱਚੇ ਪੈਦਾ ਕਰਨ ਵਿੱਚ ਪਤੀ ਪਤਨੀ ਦੋਵਾਂ ਦਾ ਸਹਿਯੋਗ ਹੁੰਦਾ, ਫਿਰ ਔਰਤ ਨੂੰ ਬਾਅਦ 'ਚ ਕਹਿਣਾ ਇੱਕ ਮਾਂ ਦਾ ਅਪਮਾਨ ਕਰਨਾ ਹੁੰਦਾ। ਵੀਰੂ ਅਤੇ ਕਾਲੀ ਦੋ ਸਕੀਆਂ ਭੈਣਾਂ, ਵੀਰੋ ਸੋਹਣੀ ਸੀ ਜਦਕਿ ਕਾਲੀ ਰੰਗ ਦੀ ਬਹੁਤ ਕਾਲੀ ਪਰ ਨੈਣ ਨਕਸ ਸੋਹਣੀ, ਕਾਲੀ ਬਹੁਤ ਛੋਟੀ ਸੀ। ਵੀਰੋ ਲਈ ਰਿਸ਼ਤਾ ਆਇਆ, ਉਹਨਾਂ ਨੇ ਮੰਗ ਕੀਤੀ ਵੀਰੋ ਦਾ ਰਿਸ਼ਤਾ ਫਿਰ ਲੈਣਾ ਜੇ ਕਾਲੀ ਦਾ ਰਿਸ਼ਤਾ ਵੀਰੋ ਦੇ ਘਰ ਵਾਲੇ ਤੋਂ ਵੱਡੇ ਭਰਾ ਨੂੰ ਕਰੋਂਗੇ। ਵੀਰੋ ਦੇ ਘਰ ਵਾਲਾ ਫੌਜੀ ਸੀ, ਉਹਦੇ ਤੋਂ ਵੱਡੇ ਨੂੰ ਰਿਸ਼ਤਾ ਨਹੀਂ ਹੁੰਦਾ ਸੀ। ਮਾਂ ਬਾਪ ਨੇ ਇੱਕ ਦੀ ਖੁਸ਼ੀ ਲਈ ਕਾਲੀ ਨੂੰ ਉਸ ਵੱਡੀ ਉਮਰ ਦੇ ਮੁੰਡੇ ਨਾਲ ਰਿਸ਼ਤਾ ਕਰਨਾ ਮੰਨ ਲਿਆ। ਕਾਲੀ 14 ਸਾਲਾਂ ਦੀ ਸੀ ਪਰ ਸੱਸ ਨੇ ਹਰ ਕੰਮ ਸਿਖਾ ਦਿੱਤੀ। ਉੱਧਰ ਵੀਰੋ ਫੌਜਣ ਵਾਲਾ ਰੂਹ ਵੀ ਝਾੜਦੀ ਭੈਣ 'ਤੇ, ਮਾਂ ਬਾਪ ਨੇ ਕਹਿਣਾ ਤੇਰੇ ਖਾਤਰ ਅਸੀਂ ਇਹੀ ਡੋਬੀ ਸੂਟ ਸਮਝ ਕੇ ਕੁਛ ਬੋਲਿਆ ਕਰ, ਜ਼ਿੰਦਗੀ ਵਧੀਆ ਲੰਘ ਰਹੀ ਸੀ। ਕਾਲੀ ਦੇ ਵੀ ਬੇਟਾ ਸੀ ਅਤੇ ਵੀਰੋ ਦੇ ਵੀ। ਕਾਲੀ ਦਾ ਬੇਟਾ ਲਾਇਕ ਜਵਾਕ ਸੀ ਪਰ ਕਾਲੀ ਦੇ ਘਰ ਵਾਲਾ ਨਸ਼ਿਆਂ 'ਚ ਗ੍ਰਸਤ ਰਹਿੰਦਾ ਸੀ। ਕਾਲੀ ਨੂੰ ਪਿਆਰ ਤਾਂ ਕਰਦਾ ਪਰ ਵੱਡੀ ਉਮਰ ਦਾ ਕਰਕੇ ਅਤੇ ਨਸ਼ਿਆਂ ਕਰਕੇ ਉਹਦੀ ਸਿਹਤ ਖਰਾਬ ਰਹਿੰਦੀ, ਜਿਸ ਕਰਕੇ ਥੋੜ੍ਹੇ ਟਾਈਮ ਬਾਅਦ ਉਹਦੀ ਮੌਤ ਹੋ ਜਾਂਦੀ ਆ। ਕਾਲੀ ਸਿਰਫ 26 ਸਾਲ ਦੀ, ਬੇਟੇ ਨੂੰ 15ਵਾਂ ਸਾਲ, ਬੇਟਾ ਕਾਲੀ ਦਾ ਕੱਦ ਕਾਟਦਾ ਅਤੇ ਹੱਡਾਂ ਪੈਰਾਂ ਦਾ ਖੁੱਲ੍ਹਾ, ਕਾਲੀ ਜਿੱਡਾ ਲੱਗਦਾ। ਮਾਂ ਬਾਪ ਕਹਿੰਦੇ ਕਾਲੀ ਬੇਟੇ ਦੇ ਸਿਰ 'ਤੇ ਜ਼ਿੰਦਗੀ ਕੱਢ ਲਓ, ਇੰਨਾ ਵੱਡਾ ਮੁੰਡਾ ਵਿਆਹੁੰਦੇ ਦੁਬਾਰਾ ਚੰਗੇ ਨਹੀਂ ਲੱਗਦੇ। ਕਾਲੀ ਨੇ ਰੱਬ ਦਾ ਭਾਣਾ ਮੰਨ ਲਿਆ, ਜਿਸ ਉਮਰ 'ਚ ਵਿਆਹ ਕਰਨਾ ਸੀ ਉਸ ਉਮਰ ਵਿੱਚ ਕਾਲੀ ਰੰਡੀ ਹੋ ਗਈ। ਹੁਣ ਵੀਰੋ ਵੀ ਕਾਲੀ ਦੀ ਦੁਸ਼ਮਣ ਬਣ ਗਈ।
ਘਰ ਵਾਲੀ ਨੂੰ ਕਾਲੀ ਦੇ ਘਰ ਨਾ ਜਾਣ ਦੇਣਾ, ਜੇ ਚਲਾ ਵੀ ਜਾਂਦਾ ਤਾਂ ਵੀਰੂ ਨੇ ਕਲੇਸ਼ ਕਰਨਾ, ਕਾਲੀ ਨੂੰ ਮੰਦਾ ਚੰਗਾ ਬੋਲਣਾ, ਤੌਮਤਾਂ ਲਾਉਣੀਆਂ। ਮਾਂ ਬਾਪ ਨੇ ਬਥੇਰਾ ਕਿਹਾ ਤੂੰ ਟਾਈਮ ਟਪਾ, ਰਾਜ ਗਲਤ ਨਹੀਂ, ਭਤੀਜਾ ਛੋਟਾ ਇਸ ਲਈ ਕੰਮ ਧੰਦਾ ਕਰਵਾ ਦਿੰਦਾ, ਪਰ ਵੀਰੋ ਕੋਈ ਗੱਲ ਨਾ ਸੁਣਦੀ। ਕਈ ਵਾਰ ਰਾਜ ਫੌਜੀ ਨੇ ਛਿੱਤਰ ਪਰੇਡ ਵੀ ਕੀਤੀ। ਕਾਲੀ ਦੀ ਜ਼ਿੰਦਗੀ ਜਿਸ ਭੈਣ ਕਰਕੇ ਵਲੀ ਚੜਾਈ ਸੀ, ਉਹ ਉਹਦੀ ਜ਼ਿੰਦਗੀ ਨੂੰ ਨਰਕ ਬਣਾਉਣ 'ਤੇ ਤੁਲੀ ਸੀ। ਕਾਲੀ ਦੀ ਵੀ ਜਜ਼ਬਾ ਸੀ, ਪਰ ਮਾਂ ਬਾਪ ਹਮੇਸ਼ਾ ਲੋਕਾਂ ਬਾਰੇ ਸੋਚ ਕਾਲੀ ਦੀ ਜ਼ਿੰਦਗੀ ਬਾਰੇ ਨਹੀਂ ਬਲਕਿ ਜਵਾਕ ਬਾਰੇ ਸੋਚ ਰਹੀ ਸੀ। ਪਰ ਕੀ ਕਾਲੀ ਦਾ ਬੇਟਾ ਵੱਡਾ ਹੋ ਉਹਨੂੰ ਉਹਦੇ ਦਿੱਤੇ ਬਲੀਦਾਨ ਨੂੰ ਭੁੱਲ ਜਾਓ ਜਾਂ ਫਿਰ ਆਪਣੀ ਮਾਂ ਨੂੰ ਪਿਆਰ ਨਾਲ ਲੱਗੂ? ਸਾਡਾ ਸਮਾਜ ਔਰਤ ਦੇ ਜਜ਼ਬਾਤਾਂ ਨੂੰ, ਅਹਿਸਾਨਾਂ ਨੂੰ ਹਮੇਸ਼ਾ ਦਵਾਉਂਦਾ ਰਹਿੰਦਾ ਅਤੇ ਦਵਾਉਂਦਾ ਹੀ ਰਹੂ। ਕਾਲੀ ਵਰਗੀਆਂ ਅਨੇਕਾਂ ਕੁੜੀਆਂ ਆਪਣੀ ਜ਼ਿੰਦਗੀ ਵਿੱਚ ਸਿਰਫ ਬੱਚਿਆਂ ਲਈ ਬਿਤਾਉਂਦੀਆਂ, ਪਰ ਵੱਡੇ ਹੋ ਬੱਚੇ ਮਾਂ ਨੂੰ ਇਹ ਕਹਿ ਅਲੱਗ ਜਾਂ ਬਿਰਧ ਆਸ਼ਰਮ ਛੱਡ ਆਉਂਦੇ ਹਨ ਕਿ ਮੇਰੇ ਘਰ ਵਾਲੀ ਨਾਲ ਕਲੇਸ਼ ਕਰਦੀ ਆ। ਬੇਸ਼ੱਕ 22ਵੀਂ ਸਦੀ ਦਾ ਯੁੱਗ ਆ, ਪਰ ਔਰਤ ਦੀ ਹਾਲਤ ਜਿਉਂ ਦੀ ਤਿਉਂ ਆ। ਸਿਮਰਨ ਇੱਕ ਅਮੀਰ ਪਰਿਵਾਰ ਦੀ ਕੁੜੀ ਸੀ, ਉਸਦਾ ਵਿਆਹ ਵੀ ਅਮੀਰ ਪਰਿਵਾਰ ਵਿੱਚ ਹੋਇਆ। ਸਿਮਰਨ ਦੋ ਭਰਾਵਾਂ ਦੀ ਇਕਲੌਤੀ ਅਤੇ ਲਾਡਲੀ ਭੈਣ ਸੀ। ਸਿਮਰਨ ਦਾ ਸਹੁਰਾ ਅੜਬ ਸਵਾਦ ਆ, ਪੜ੍ਹਿਆ ਲਿਖਿਆ ਇਨਸਾਨ ਸੀ। ਉਹ ਬਦਮਾਸ਼ੀ ਵਿੱਚ ਵੀ ਮਾਹਰ ਸੀ। ਇੱਕ ਪੈਸੇ ਦਾ ਹੰਕਾਰ, ਦੂਜਾ ਕਿਸੇ ਦੀ ਵੀ ਬੇਇੱਜ਼ਤੀ ਕਰਨੀ, ਸਭ ਦੇ ਸਾਹਮਣੇ ਕਰਦਾ। ਸਿਮਰਨ ਦਾ ਇੱਕ ਦਿਓਰ ਸੀ ਛੋਟਾ, ਅਲਸ਼ੂ ਕੈਨੇਡਾ ਸ਼ਿਫਟ ਸੀ। ਸੁਣਿਆ ਸੀ ਉਹਨੇ ਉੱਥੇ ਵਿਆਹ ਕਰਵਾ ਲਿਆ। ਸਿਮਰਨ ਦੇ ਘਰ ਵਾਲਾ ਬਹੁਤ ਲਾਇਕ ਅਤੇ ਕਾਮਾ ਸਾਊ ਮੁੰਡਾ ਸੀ। ਸਿਮਰਨ ਪੇੜਤੂ ਸੀ ਕਿ ਉਹਨਾਂ ਦੇ ਸਕੀਆਂ ਦੇ ਚਾਚੇ ਦਾ ਮੁੰਡਾ ਦਾ ਵਿਆਹ ਸੀ। ਸਿਮਰਨ ਪਾਰਲਰ ਗਈ ਹੋਈ ਸੀ ਤਿਆਰ ਹੋਣ ਲਈ, ਉੱਧਰ ਹੋਰ ਹੀ ਭਾਣਾ ਵਰਤ ਜਾਂਦਾ। ਸਿਮਰਨ ਦੇ ਘਰ ਵਾਲੇ ਨੂੰ ਬਾਜ਼ਾਰ ਵਿੱਚ ਗੋਲੀ ਮਾਰੀ ਕਤਲ ਕਰ ਦਿੱਤਾ ਜਾਂਦਾ, ਕਿਉਂਕਿ ਗੋਲੀ ਮਾਰਨ ਵਾਲਾ ਕਹਿੰਦਾ ਕਹਾਉਂਦਾ ਸ਼ਹਿਰ ਦਾ ਸੇਠ ਸੀ, ਜਿਸ ਨੂੰ ਸਿਮਰਨ ਦੇ ਸਹੁਰੇ ਨੇ ਭਰੇ ਬਾਜ਼ਾਰ ਥੱਪੜ ਮਾਰਿਆ ਸੀ। ਸੇਠ ਗੋਲੀ ਮਾਰੀ ਆਪ ਹੀ ਪੇਸ਼ ਹੋ ਗਿਆ, ਕਹਿੰਦਾ ਮੈਂ ਜੱਟ ਦੀ ਢੂਹੀ ਭੰਨ ਦਿੱਤਾ। ਇਹ ਇੱਦਾਂ ਕਮਾਊ, ਸਾਊ ਅਤੇ ਮਿਲਵਰਤਨ ਰੱਖਣ ਵਾਲਾ ਮੁੰਡਾ ਸੀ। ਦੂਜਾ ਤਾਂ ਲਾਈ ਲੱਗਾ, ਜੇ ਮੈਂ ਇਹਨੂੰ ਮਾਰਦਾ ਤਾਂ ਇਹਦੇ ਮੁੰਡੇ ਨੇ ਸੜਾ ਲੈਣਾ ਸੀ। ਛੋਟਾ ਕੁਛ ਕਰ ਨਹੀਂ ਸਕਦਾ। ਸਿਮਰਨ 4 ਮਹੀਨੇ ਬਾਅਦ ਇੱਕ ਬੇਟੀ ਨੂੰ ਜਨਮ ਦਿੰਦੀ ਆ। ਸਿਮਰਨ ਦੀ ਦੁਨੀਆ ਹੀ ਉਜੜ ਗਈ ਸੀ। ਉਹ ਕਹਿੰਦੇ ਆ ਨਾ ਕਰੇ ਕੋਈ ਪਰੇ ਕੋਈ, ਜਾਂ ਕਹਿੰਦੇ ਆ ਕਿਤੇ ਕਰਮਾਂ ਦਾ ਫਲ ਮਿਲਦਾ। ਸਿਮਰਨ ਦੇ ਸਹੁਰੇ ਨੂੰ ਵੀ ਕਰਮਾਂ ਦਾ ਫਲ ਮਿਲਿਆ, ਉਹਦਾ ਦਿਮਾਗ ਹਿੱਲ ਗਿਆ। ਸੱਸ ਪਹਿਲਾਂ ਹੀ ਅਧਰੰਗ ਦੀ ਮਰੀਜ਼ ਸੀ। ਸਿਮਰਨ ਨੂੰ ਬਹੁਤ ਕਿਹਾ ਦੂਜੇ ਵਿਆਹ ਲਈ, ਪਰ ਉਹ ਆਪਣੀ ਬੇਟੀ ਲਈ ਜਿਉਣਾ ਚਾਹੁੰਦੀ ਸੀ, ਇਸ ਲਈ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਿਮਰਨ ਦਾ ਭਰਾ ਦਵਾਈ ਦਵਾ ਛੱਡ ਜਾਂਦਾ ਸਿਮਰਨ ਦੇ ਸਹੁਰੇ ਨੂੰ। ਆਂਢੀ ਗੁਆਂਢੀ ਬਹੁਤ ਕਹਿੰਦੇ ਅਸੀਂ ਚਲੇ ਜਾਂਦੇ ਹਾਂ, ਪਰ ਸਿਮਰਨ ਨੇ ਗੱਡੀ ਵੀ ਵਿਕਾ ਦਿੱਤੀ। ਇਹ ਕਹਿ ਕੇ ਕਿ ਇਹਨਾਂ ਗੱਡੀ ਲਈ ਦੇ ਡਰਾਈਵਰ ਰੱਖਿਆ ਤਾਂ ਲੋਕ 100 ਗੱਲਾਂ ਬਣਾਉਣਗੇ। ਸਿਮਰਨ ਦਾ ਸਹੁਰਾ ਥੋੜ੍ਹਾ ਠੀਕ ਹੋ ਜਾਂਦਾ, ਸਿਮਰਨ ਨੂੰ ਕੋਈ ਨਾ ਬੁਲਾਉਂਦਾ। ਜਦ ਸਿਮਰਨ ਦਾ ਸਹੁਰਾ ਗਾਲਾਂ ਕੱਢਦਾ ਤਾਂ ਸਿਮਰਨ ਬੇਟੀ ਨੂੰ ਲੈ ਕੇ ਕਮਰੇ 'ਚ ਬੰਦ ਹੋ ਜਾਂਦੀ, ਭੁੱਖੀ ਤਿਹਾਈ ਰਾਤ ਕੱਢਦੀ। ਆਂਢੀ ਗੁਆਂਢੀ ਹਾਲਤ ਵੇਖ ਸਿਮਰਨ ਦੇ ਪੇਕੇ ਪਿੰਡ ਫੋਨ ਕਰਦੇ ਆ। ਸਿਮਰਨ ਜਾਣਾ ਨਹੀਂ ਚਾਹੁੰਦੀ ਸੀ, ਪਰ ਨਿੱਕੀ ਬੱਚੀ ਲਈ ਜਾਣਾ ਪਿਆ। ਸਿਮਰਨ ਨੂੰ 2 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਪੇਕੇ ਆਈ ਨੂੰ, ਪਰ ਸਿਮਰਨ ਪਈ ਰੋਈ ਜਾਂਦੀ। ਉਹਦੀ ਹਾਲਤ ਵੇਖ ਉਹਦੀ ਮਾਂ ਦੁੱਖ ਨਾ ਸਹਾਰਦੀ ਇਸ ਦੁਨੀਆ ਤੋਂ ਚਲੇ ਗਈ। ਭਰਾਵਾਂ ਨੇ ਬਹੁਤ ਸਮਝਾਇਆ ਤੇਰੀ ਉਮਰ ਛੋਟੀ ਆ, ਵਿਆਹ ਕਰ ਦਿੰਦੇ ਹਾਂ, ਪਰ ਸਿਮਰਨ ਨੇ ਵੀ ਜਿੱਦ ਫੜੀ ਰੱਖੀ ਵਿਆਹ ਨਾ ਕਰਾਉਣ ਦੀ। ਇਸ ਤਰ੍ਹਾਂ 5 ਮਹੀਨਿਆਂ ਬਾਅਦ ਸਿਮਰਨ ਦੇ ਪਤਿਓਰੇ ਦਾ ਫੋਨ ਆਉਂਦਾ ਹੈ ਕਿ ਸਿਮਰਨ ਦਾ ਦਿਓਰ ਉਹਨਾਂ ਦੋਵਾਂ ਨੂੰ ਛੱਡ ਕੈਨੇਡਾ ਚਲਾ ਗਿਆ। ਸਿਮਰਨ ਦੇ ਸਹੁਰੇ ਦੀ ਹਾਲਤ ਠੀਕ ਨਹੀਂ, ਸਿਮਰਨ ਜਾਣ ਦੀ ਜਿੱਦ ਕਰਦੀ ਆ, ਉਹਦਾ ਭਰਾ ਉਹਨੂੰ ਛੱਡ ਆਉਂਦਾ। ਸਿਮਰਨ ਨੇ ਜਿਵੇਂ ਤਿਵੇਂ ਵਾਹਿਗੁਰੂ ਦੀ ਮਰਜ਼ੀ ਮੰਨ ਲਈ ਸੀ।
ਹੁਣ ਸਿਮਰਨ ਦੇ ਸਹੁਰੇ ਦੀ ਹਾਲਤ ਵਿੱਚ ਸੁਧਾਰ ਆ ਰਿਹਾ ਸੀ। ਸੱਸ ਵੀ ਪੋਤੀ ਨਾਲ ਪਿਆਰ ਕਰਦੀ, ਸੋ ਰਿਸ਼ਤੇਦਾਰ ਸਿਮਰਨ ਉਹਦੇ ਪਤੀ ਦੀ ਮੌਤ ਤੋਂ ਬਾਅਦ ਬੁਲਾਉਣੋਂ ਹਟ ਗਈ ਸੀ। ਉਹ ਵੀ ਬੁਲਾਉਣ ਲੱਗੀ। ਸਿਮਰਨ ਇੱਕ ਛੱਤ 'ਤੇ ਖੜ੍ਹੀ ਕੀ ਵੇਖਦੀ ਆ ਕਿ ਉਹਨਾਂ ਦੇ ਨਾਲ ਵਾਲੇ ਮਕਾਨ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ, ਸੋ ਪਾਪੜ ਕੁਲਚੇ ਵਿੱਚ ਗੁਜ਼ਾਰਾ ਕਰਦਾ। ਉਹ ਵੇਖ ਰਹੀ ਸੀ ਸਾਰਾ ਪਰਿਵਾਰ ਇਕੱਠੇ ਬੈਠ ਖੁਸ਼ੀ ਖੁਸ਼ੀ ਰੋਟੀ ਖਾ ਰਹੇ ਆ ਅਤੇ ਪਿਆਰ ਵੀ ਕਰ ਰਹੇ ਆ ਇੱਕ ਦੂਜੇ ਨੂੰ, ਵਿੱਚ ਵਿੱਚ ਹੱਸਣ ਦੀਆਂ ਆਵਾਜ਼ਾਂ। ਸਿਮਰਨ ਰੱਬ ਨੂੰ ਤਾਨਾ ਮਾਰਦੀ ਆ ਕਿ ਰੱਬਾ ਮੈਨੂੰ ਇਹੋ ਜਿਹੀ ਜ਼ਿੰਦਗੀ ਹੀ ਦੇ ਦਿੰਦਾ, ਭਾਵੇਂ ਖਾਣ ਜੋਗਾ ਕਮਾਉਂਦੇ ਪਰ ਖੁਸ਼ ਤਾਂ ਹੈ। ਮੈਂ ਇੰਨੀ ਵੱਡੀ ਹਵੇਲੀ ਪਲਾਂਟਾਂ ਜ਼ਮੀਨ ਜਾਇਦਾਦਾਂ ਤੋਂ ਕੀ ਕਰਾਉਣਾ ਸੀ, ਜਦ ਨਾਲ ਕੋਈ ਹੱਸਣ ਵਾਲਾ ਦੁੱਖ ਸੁੱਖ ਕਰਨ ਵਾਲਾ ਨਹੀਂ ਦੇਣਾ ਸੀ। ਸਿਮਰਨ ਦੀ ਬੇਟੀ ਵੀ ਵੱਡੀ ਹੋ ਜਾਂਦੀ ਆ, ਉਹ ਪੜ੍ਹਾਈ ਵਿੱਚ ਵੀ ਠੀਕ ਹੁੰਦੀ ਆ, ਪਰ ਬੱਚੀ ਨੂੰ ਵੀ ਪਿਤਾ ਦੀ ਘਾਟ ਰੜਕਦੀ। ਪਹਿਲਾਂ ਪਹਿਲ ਸਿਮਰਨ ਕਹਿ ਦਿੰਦੀ ਆ, ਬੇਟਾ ਰੱਬ ਜੀ ਲੈ ਗਏ। ਜਦ ਥੋੜ੍ਹੀ ਵੱਡੀ ਹੋਈ ਤਾਂ ਕਿਸੇ ਬੱਚੇ ਨੇ ਕਹਿ ਦਿੱਤਾ, ਤੇਰੇ ਪਾਪਾ ਨਹੀਂ ਕਦੇ ਵਿਕੇ, ਤਾਂ ਜੈਸ ਨੇ ਕਹਿ ਦਿੱਤਾ ਭੋਲੇਪਨ ਵਿੱਚ ਉਹ ਰੱਬ ਜੀ ਕੋਲ ਗਏ ਆ, ਆਉਣਗੇ ਥੋੜ੍ਹਾ ਰੁਕ ਕੇ। ਰੱਬ ਜੀ ਨੂੰ ਜ਼ਰੂਰੀ ਕੰਮ ਸੀ ਪਾਪਾ ਨਾਲ, ਉਹ ਕੰਮ ਕੋਈ ਹੋਰ ਨਹੀਂ ਕਰ ਸਕਦਾ ਸੀ ਕਿਉਂਕਿ ਰੱਬ ਜੀ ਪਾਪਾ 'ਤੇ ਜ਼ਿਆਦਾ ਵਿਸ਼ਵਾਸ ਕਰਦੇ ਆ। ਇਹ ਗੱਲਾਂ ਜੈਸ ਦੀ ਸਕੂਲ ਟੀਚਰ ਵੀ ਸੁਣ ਰਹੀ ਸੀ। ਉਹ ਜੈਸ ਦਾ ਭੋਲਾਪਨ ਵੇਖ ਕੇ ਹੰਝੂ ਕਿਰਨ ਲੱਗੀ। ਜਦ ਜੈਸ ਗੱਲ ਕਰ ਹਟੀ ਤਾਂ ਉਹ ਬੱਚਾ ਵੀ ਕਲਾਸ ਵਿੱਚ ਚਲਾ ਗਿਆ। ਜੈਸ ਰੋਜ਼ ਆਪਣੀ ਮਾਂ ਜਾਣੀ ਸਿਮਰਨ ਨੂੰ ਪੁੱਛਦੀ, ਮੰਮਾ ਕਦ ਆਉਣਾ ਪਾਪਾ ਨੇ। ਸਿਮਰਨ ਰੋਜ਼ ਗੱਲਾਂ ਨਾਲ ਟਾਲ ਦਿੰਦੀ। ਇੱਕ ਦਿਨ ਉਹੀ ਬੱਚਾ ਸਕੂਲ ਵਿੱਚ ਜੈਸ ਨੂੰ ਕਹਿੰਦਾ ਕਿ ਰੱਬ ਜੀ ਕੋਲ ਜੋ ਚਲੇ ਜਾਂਦੇ ਆ ਉਹ ਕਦੇ ਵਾਪਸ ਨਹੀਂ ਆਉਂਦੇ। ਜੈਸ ਉਸ ਬੱਚੇ ਨਾਲ ਲੜਾਈ ਕਰਦੀ ਆ। ਇਸੇ ਤਰ੍ਹਾਂ ਜੈਸ ਚੌਥੀ ਕਲਾਸ ਵਿੱਚ ਹੁੰਦੀ ਆ, ਮਾਪਿਆਂ ਦੀ ਮਿਲਣੀ ਵਿੱਚ ਦੂਜੇ ਬੱਚਿਆਂ ਦੇ ਪਿਤਾ ਨੂੰ ਵੇਖ ਜੈਸ ਮਾਯੂਸੀ ਵਿੱਚ ਰਹਿਣ ਲੱਗੀ। ਉਹਨੂੰ ਵੀ ਸਮਝ ਆਉਣ ਲੱਗਾ ਸੀ ਵੀ ਉਹਦੇ ਪਾਪਾ ਕਦੇ ਵਾਪਸ ਨਹੀਂ ਆਉਣਗੇ। ਉਹ ਸਿਮਰਨ ਨੂੰ ਕਹਿੰਦੀ, ਮੰਮਾ ਮੈਨੂੰ ਵੀ ਪਾਪਾ ਚਾਹੀਦੇ। ਬੱਚੇ ਕਹਿੰਦੇ ਆ, ਮੇਰੇ ਪਾਪਾ ਨੇ ਇਹ ਲੈ ਕੇ ਦਿੱਤਾ, ਮੇਰੇ ਪਾਪਾ ਨਾਲ ਅਸੀਂ ਇੱਥੇ ਗਏ ਤਾਂ ਮੈਨੂੰ ਵੀ ਇੰਝ ਲੱਗਦਾ ਮੇਰੇ ਵੀ ਪਾਪਾ ਹੁੰਦੇ ਤਾਂ ਅਸੀਂ ਵੀ ਬਾਹਰ ਘੁੰਮਣ ਜਾਂਦੇ। ਮੰਮਾ ਤੁਹਾਨੂੰ ਨਹੀਂ ਪਾਪਾ ਚਾਹੀਦਾ? ਸਿਮਰਨ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ। ਇੱਕ ਦਿਨ ਜੈਸ ਆਪਣੇ ਨਾਨਕੇ ਗਈ ਸੀ ਸਿਮਰਨ ਨਾਲ। ਜੈਸ ਦੇ ਮਾਮੇ ਦੀ ਕੁੜੀ ਵੀ ਜੈਸ ਤੋਂ 1 ਸਾਲ ਛੋਟੀ ਸੀ। ਦੋਵੇਂ ਖੇਡ ਰਹੀਆਂ ਸੀ ਕਿ ਜੈਸ ਦਾ ਮਾਮਾ ਆ ਜਾਂਦਾ। ਜੈਸ ਦੇ ਮਾਮੇ ਦੀ ਕੁੜੀ ਭੱਜ ਕੇ ਚਲੀ ਜਾਂਦੀ ਆ, ਮੇਰੇ ਪਾਪਾ ਆ ਗਏ, ਇਹ ਕਹਿੰਦੀ। ਜੈਸ ਦਾ ਮਾਮਾ ਆਪਣੀ ਬੱਚੀ ਨੂੰ ਪਿਆਰ ਲਾੜ ਕਰਦਾ ਜੈਸ ਵੀ ਵੇਖ ਰਹੀ ਹੁੰਦੀ ਆ। ਜੈਸ ਆਪਣੀ ਮੰਮਾ ਕੋਲ ਜਾ ਕੇ ਫਿਰ ਭੋਲੇਪਨ ਵਿੱਚ ਕਹਿੰਦੀ ਆ ਕਿ ਮੈਨੂੰ ਵੀ ਪਾਪਾ ਚਾਹੀਦਾ। ਮੈਨੂੰ ਸਕੂਲ ਵਿੱਚ ਬੱਚੇ ਕਹਿੰਦੇ ਆ ਤੇਰੀ ਮੰਮਾ ਤੇਰੇ ਮਾਮੇ ਨਾਲ ਹੀ ਸਕੂਲ ਆਉਂਦੀ ਆ, ਤੇਰੇ ਪਾਪਾ ਕਿਉਂ ਨਹੀਂ ਆਉਂਦੇ? ਮੈਨੂੰ ਵਧੀਆ ਨਹੀਂ ਲੱਗਦਾ, ਮੇਰਾ ਵੀ ਜੀ ਕਰਦਾ ਮੇਰੇ ਵੀ ਪਾਪਾ ਨਿਮਰਤ ਦੇ ਪਾਪਾ ਦੀ ਤਰ੍ਹਾਂ ਪਿਆਰ ਕਰਨ। ਸਿਮਰਨ ਦੀ ਅੱਖਾਂ ਵਿੱਚ ਪਾਣੀ ਆ ਜਾਂਦਾ। ਸਿਮਰਨ ਬਹੁਤ ਰੋਂਦੀ ਆ। ਆਪਣੇ ਭਰਾ ਦੀ ਗੱਲ ਲੱਗ, ਕਹਿੰਦੀ ਆ ਵੀਰਾ ਕਿੱਥੋਂ ਲਿਆਵਾਂ ਜੈਸ ਦੇ ਪਾਪਾ ਨੂੰ, ਇਹ ਸਮਝਦੀ ਸੀ ਨਹੀਂ। ਤਾਂ ਸ਼ਾਮ ਨੂੰ ਸਿਮਰਨ ਦਾ ਪਾਪਾ ਭਰਾ ਅਤੇ ਭਰਜਾਈ ਉਹਨੂੰ ਸ਼ਾਮ ਨੂੰ ਸਮਝਾਉਂਦੇ ਆ ਕਿ ਸਿਮਰਨ ਤੇਰੀ ਬੇਟੀ ਨੂੰ ਸੱਚਮੁੱਚ ਪਿਓ ਦੀ ਜ਼ਰੂਰਤ ਆ, ਕੱਲ੍ਹ ਨੂੰ ਤੇਰੀ ਬੇਟੀ ਵੀ ਵੱਡੀ ਹੋ ਰਹੀ ਆ, ਸੱਸ ਸਹੁਰਾ ਵੀ ਚੱਲ ਵਸਣੀ, ਪਾਪਾ ਵੀ ਸਾਡੇ ਨਾਲ ਬਾਹਰਲੇ ਮੁਲਕ ਚਲੇ ਜਾਣੇ, ਜ਼ਮਾਨਾ ਖਰਾਬ ਆ, ਵੀ ਵਿਆਹੀ ਜਾ ਤੂੰ, ਜਿੱਦ ਕਰਦੀ ਬਾਹਰਲੇ ਮੁਲਕ ਨਹੀਂ ਜਾਣਾ, ਤੇਰੇ ਕਰਕੇ ਅਸੀਂ ਰੁਕੇ ਹਾਂ, ਸਾਡੇ ਨਾਲ ਚੱਲ। ਉਹ ਕਹਿੰਦੀ ਆ ਸੱਸ ਸਹੁਰੇ ਨੂੰ ਛੱਡ ਨਹੀਂ ਸਕਦੀ, ਜੈਸ ਦੇ ਪਾਪਾ ਤਾਂ ਇਹਨੂੰ ਛੱਡ ਗਏ ਪਰ ਮੈਂ ਜਿਉਂਦੇ ਜੀ ਇਹਨਾਂ ਨੂੰ ਰੋਲ ਨਹੀਂ ਸਕਦੀ। ਫਿਰ ਉਹ ਕਹਿੰਦੇ ਆ ਕਿ ਵਿਆਹ ਕਰਵਾ ਲਾ, ਜੈਸ ਨੂੰ ਪਾਪਾ ਮਿਲ ਜਾਊ ਅਤੇ ਤੈਨੂੰ ਦੁੱਖ ਸੁੱਖ ਦਾ ਸਾਥੀ। ਸਿਮਰਨ ਕਹਿੰਦੀ ਆ ਕਿ ਮੇਰੀਆਂ ਕੁਝ ਸ਼ਰਤਾਂ ਨੇ, ਮੇਰੇ ਨਾਲ ਵਿਆਹ ਕਰਵਾਉਣ ਵਾਲੇ ਮੁੰਡੇ ਨੂੰ ਮਨਜ਼ੂਰ ਆ ਤਾਂ ਠੀਕ ਆ, ਨਹੀਂ ਮੈਂ ਵਿਆਹ ਨਹੀਂ ਕਰਾਉਣਾ। ਉਹ ਕਹਿੰਦੇ ਆ ਕਿ ਕੀ ਸ਼ਰਤਾਂ? ਤਾਂ ਸਿਮਰਨ ਕਹਿੰਦੀ ਆ
ਪਹਿਲੀ ਸ਼ਰਤ ਮੈਂ ਸੱਸ ਸਹੁਰਾ ਨਾਲ ਰੱਖਣਾ, ਦੂਜੀ ਸ਼ਰਤ ਮੈਂ ਇਸ ਸ਼ਹਿਰ ਵਿੱਚ ਨਹੀਂ ਕਿਸੇ ਹੋਰ ਸ਼ਹਿਰ ਵਿੱਚ ਰਹਾਂਗੀ, ਤੀਜੀ ਸ਼ਰਤ ਉਹ ਗਰੀਬ ਪਰਿਵਾਰ ਵਿੱਚੋਂ ਹੋਵੇ, ਅਮੀਰ ਨਹੀਂ ਚਾਹੀਦਾ। ਭਰਾ ਭਰਜਾਈ ਅਤੇ ਬਾਪ ਖੁਸ਼ ਹੁੰਦੇ ਆ, ਉਹ ਸਿਮਰਨ ਲਈ ਕਾਫੀ ਰਿਸ਼ਤੇ ਵੇਖਦੇ ਆ, ਪਰ ਕੋਈ ਮੁੰਡਾ ਪਸੰਦ ਨਹੀਂ ਆਉਂਦਾ, ਦੇ ਆਉਂਦਾ ਤਾਂ ਕੋਈ ਨਾ ਕੋਈ ਨਸ਼ਾ ਕਰਦਾ ਜਾਂ ਲਾਲਚੀ ਫੁਕਰਾ ਹੁੰਦਾ। ਇਵੇਂ ਹੀ 4-5 ਮਹੀਨੇ ਲੱਗ ਜਾਂਦੇ ਆ। ਇੱਕ ਦਿਨ ਸਿਮਰਨ ਕੀ ਗੁਆਂਢਣ ਇੱਕ ਮੁੰਡੇ ਦੀ ਦੱਸ ਪਾਉਂਦੀ ਆ, ਸਿਮਰਨ ਦਾ ਭਰਾ ਆਪਣੀ ਚਾਚੀ ਨਾਲ ਆ, ਮੁੰਡਾ ਵੇਖ ਜਾਂਦਾ, ਮੁੰਡਾ ਪਸੰਦ ਆ ਜਾਂਦਾ। ਜਦ ਮੁੰਡਾ ਸਿਮਰਨ ਨੂੰ ਵੇਖਣ ਆਉਂਦਾ ਤਾਂ ਉਹ ਸਿਮਰਨ ਤੋਂ ਪਹਿਲਾਂ ਜੈਸ ਨਾਲ ਹੱਥ ਮਿਲਾਉਂਦਾ, ਕਹਿੰਦਾ ਕਿਵੇਂ ਆ ਪੁੱਤ। ਜੈਸ ਪੁੱਛਦੀ ਆ ਤੁਸੀਂ ਮੇਰੇ ਪਾਪਾ ਹੋ, ਤਾਂ ਉਹ ਮੁੰਡਾ ਕਹਿੰਦਾ ਹੈ ਹਾਂ ਮੈਂ ਤੇਰਾ ਪਾਪਾ। ਜੈਸ ਕਲਵੱਕੜੀ ਪਾ ਲੈਂਦੀ ਆ ਅਤੇ ਸਿਮਰਨ ਕੋਲ ਹੱਥ ਫੜ ਕੇ ਲੈ ਜਾਂਦੀ ਆ ਅਤੇ ਕਹਿੰਦੀ ਆ ਮੰਮਾ ਵੇਖ ਮੇਰੇ ਪਾਪਾ ਆ ਗਏ, ਹੁਣ ਮੈਂ ਵੀ ਸਕੂਲ ਵਿੱਚ ਆਪਣੇ ਪਾਪਾ ਨਾਲ ਜਾਇਆ ਕਰੂੰ, ਪਾਪਾ ਨਾਲ ਬਾਹਰ ਘੁੰਮਣ ਜਾਇਆ ਕਰੂੰ, ਪਾਪਾ ਮੈਨੂੰ ਆਈਸਕ੍ਰੀਮ ਵੀ ਖਵਾ ਕੇ ਲਿਆਉਣਗੇ। ਉਹ ਮੁੰਡਾ ਜੈਸ ਦੀਆਂ ਪੌੜੀਆਂ ਗੱਲਾਂ ਸੁਣ ਅੱਖਾਂ ਭਰ ਲੈਂਦਾ ਅਤੇ ਕਹਿੰਦਾ ਹੈ ਹਾਂ ਮੇਰਾ ਪੁੱਤ ਜੋ ਕਹੇਂਗੀ ਕਰੂੰਗਾ, ਮੈਂ ਆ ਗਿਆ ਹੁਣ। ਇਹ ਸਭ ਵਾਰਤਾਲਾਪ ਬਾਕੀ ਵੀ ਸੁਣ ਰਹੇ ਹੁੰਦੇ ਆ, ਸਭ ਖੁਸ਼ ਵੀ ਸੀ ਅਤੇ ਭਾਵਕ ਵੀ। ਸਿਮਰਨ ਨੂੰ ਸਾਥ ਮਿਲ ਗਿਆ ਜੈਸ ਨੂੰ ਪਾਪਾ, ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨ ਵਾਲਾ ਪੁੱਤ, ਉਹ ਪੁੱਤ ਜੋ ਆਪਣੇ ਮਾਂ ਬਾਪ ਤੋਂ ਜ਼ਿਆਦਾ ਸਿਮਰਨ ਦੀ ਸੱਸ ਸਹੁਰਾ ਦਾ ਖਿਆਲ ਰੱਖਦਾ। ਸਿਮਰਨ ਦੀ ਪੇਕਾ ਫੈਮਿਲੀ ਬਾਹਰਲੇ ਮੁਲਕ ਰਹਿਣ ਲੱਗ ਗਈ, ਸਿਮਰਨ ਕਦੇ ਸਹੁਰੇ ਪਿੰਡ ਕਦੇ ਸ਼ਹਿਰ ਚਲੇ ਜਾਂਦੇ ਆ। ਇਸ ਤਰ੍ਹਾਂ ਸਿਮਰਨ ਦੀ ਜ਼ਿੰਦਗੀ 'ਚ ਉਹ ਮੁੰਡਾ ਇੱਕ ਰੱਬ ਬਣ ਆਇਆ, ਜਿਸ ਨੇ ਸਿਮਰਨ ਤੋਂ ਛੋਟੇ ਹੁੰਦੇ ਹੋਏ ਵੀ ਉਹਦੇ ਨਾਲ ਵਿਆਹ ਕਰਵਾਇਆ ਅਤੇ ਇੱਕ ਬੇਟੀ ਦੀ ਬਾਪ ਵਾਲੀ ਕਮੀ ਦੂਰ ਕੀਤੀ। ਧੰਨਵਾਦ ਜੀ, ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਵੀਡੀਓ ਨੂੰ ਲਾਈਕ ਕਰ ਦਿਓ ਜੀ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ। ਸਤਿ ਸ਼੍ਰੀ ਅਕਾਲ ਜੀ।